ਇੱਕ ਚੱਲਦੇ ਆਟੋ ਦੇ ਵਿੱਚ ਲਾਅ ਦੀ ਵਿਦਿਆਰਥਣ ਦੇ ਨਾਲ ਛੇੜਛਾੜ ਕੀਤੀ ਗਈ ਹੈ। ਹਾਲਾਂਕਿ ਜਦੋਂ ਲੜਕੀ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਤਾਂ ਆਟੋ ਚਾਲਕ ਦੇ ਵੱਲੋਂ ਕਿਹਾ ਗਿਆ ਕਿ ਉਹ ਨਿਹੰਗ ਸਿੰਘ ਗਰੁੱਪ ਦਾ ਬੰਦਾ ਹੈ, ਜਿਸ ਤੋਂ ਬਾਅਦ ਉਸਨੇ ਲੜਕੀ ਦੇ ਨਾਲ ਛੇੜਛਾੜ ਕੀਤੀ। ਡਰ ਦੇ ਮਾਰਿਆਂ ਲੜਕੀ ਨੇ ਆਟੋ ਤੋਂ ਛਾਲ ਮਾਰ ਦਿੱਤੀ, ਜਿਸ ਦੇ ਕਾਰਨ ਲੜਕੀ ਦੇ ਗੰਭੀਰ ਸੱਟਾਂ ਲੱਗੀਆਂ ਨੇ। ਤਾਂ ਦੱਸ ਦਈਏ ਕਿ ਖਬਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਜਾਣਕਾਰੀ ਦਿੰਦੇ ਹੋਏ SPD ਰਾਕੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਇੱਕ ਲਾਅ ਦੀ ਵਿਦਿਆਰਥਣ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ, ਦੱਸਿਆ ਕਿ ਇੱਕ ਆਟੋ ਚਾਲਕ ਨੇ ਉਸ ਕੋਲ ਆ ਕੇ ਆਟੋ ਰੋਕਿਆ, ਜਿਸ ਨੂੰ ਉਸਨੇ ਪੁੱਛਿਆ ਕਿ ਤੁਸੀਂ ਸਰਹੰਦ ਵੱਲ ਜਾਓਗੇ, ਤਾਂ ਆਟੋ ਚਾਲਕ ਨੇ ਕਿਹਾ ਬੈਠ ਜਾਓ, ਜਿਸ 'ਤੇ ਉਹ ਆਟੋ ਵਿੱਚ ਬੈਠ ਗਈ ਅਤੇ ਉਕਤ ਆਟੋ ਚਾਲਕ ਉਸ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ, ਜਿਸ ਤੋਂ ਡਰ ਕੇ ਉਸਨੇ ਆਪਣੇ ਘਰਦਿਆਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਆਟੋ ਚਾਲਕ ਨੇ ਧਮਕੀ ਦਿੱਤੀ ਕਿ ਉਹ ਫਤਿਹ ਸਿੰਘ ਨਿਹੰਗ ਗਰੁੱਪ ਦਾ ਬੰਦਾ ਹੈ, ਜਿਸ ਤੋਂ ਬਾਅਦ ਉਹ ਆਟੋ 'ਚੋਂ ਬਾਹਰ ਡਿੱਗ ਪਈ ਅਤੇ ਉਸਦੇ ਬਾਹਰ ਡਿੱਗਦੇ ਸਾਰ ਹੀ ਉਕਤ ਆਟੋ ਚਾਲਕ ਆਟੋ ਭਜਾ ਕੇ ਫਰਾਰ ਹੋ ਗਿਆ। SPD ਰਾਕੇਸ਼ ਯਾਦਵ ਨੇ ਦੱਸਿਆ ਕਿ ਥਾਣਾ ਸਰਹੰਦ ਦੀ ਪੁਲਿਸ ਨੇ ਆਟੋ ਚਾਲਕ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਾਲਾ ਜੀ ਇਹ ਆਟੋ ਬਾਹਰ ਮੁਰਿੰਡੇ ਦਾ ਰਹਿਣ ਵਾਲਾ ਸੀਗਾ, ਹਰਪ੍ਰੀਤ ਸਿੰਘ, ਇਹ ਕੋਈ ਸਵਾਰੀ ਨੂੰ ਲੈ ਕੇ ਇੱਥੇ ਆਇਆ ਸੀ। ਜਦੋਂ ਇਹਦੇ ਵਿੱਚ ਕੁੜੀ ਬੈਠੀ, ਕੁੜੀ ਦੇ ਨਾਲ ਇੱਕ ਮੁੰਡਾ ਵੀ ਬੈਠਾ ਸੀ। ਜਦੋਂ ਤੱਕ ਮੁੰਡਾ ਉੱਠਦਾ ਬੈਠਾ ਰਿਹਾ, ਇਹਦਾ ਕੰਡਕਟ ਠੀਕ ਸੀਗਾ। ਮੁੰਡੇ ਦੇ ਉਤਰਨ ਦੇ ਬਾਅਦ ਇਹਦਾ ਜਿਹੜਾ ਕੰਡਕਟ ਸੀਗਾ ਉਹ ਮਿਸਬਿਹੇਵ ਕੁੜੀ ਦੇ ਨਾਲ ਇਸਨੇ ਗੱਲਬਾਤ ਕਰਕੇ ਪਹਿਲੇ ਸ਼ੁਰੂ ਕੀਤੀ। ਉਹਦੇ ਬਾਅਦ ਇਹਦੀ ਜਿਹੜੀ ਗੱਲਬਾਤ ਸੀਗੀ, ਉਦੋਂ ਤੇ ਕੁੜੀ ਨੂੰ ਆਈਡੀਆ ਲੱਗਿਆ ਕਿ ਇਹਦੀ ਜਿਹੜੀ ਇੰਟੈਂਸ਼ਨ ਹੈ ਉਹ ਠੀਕ ਨਹੀਂ ਹੈ। ਉਹਨੇ ਆਟੋ ਤੋਂ ਉਤਰ ਕੇ ਜਾਣ ਦੀ ਕੋਸ਼ਿਸ਼ ਕੀਤੀ, ਜਿਸ ਨੇ ਕੁੜੀ ਦੀ ਲੱਤ ਫੜ ਕੇ ਔਰ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਔਰ ਇਹਨੇ ਆਪਣੇ ਆਪ ਨੂੰ ਵੀ ਕੁੜੀ ਨੂੰ ਡਰਾਉਣ ਦੀ ਵੀ ਕੋਸ਼ਿਸ਼ ਕੀਤੀ, ਬਟ ਕਿਸੇ ਤਰ੍ਹਾਂ ਦੀ ਕੁੜੀ ਉੱਥੋਂ ਚਲੀ ਗਈ। ਇਹਦੇ ਬਾਅਦ ਜਦੋਂ ਅਪਡੇਟ ਸਾਡੇ ਕੋਲ ਮਿਲੀ, SHO ਸਾਹਿਬ ਨੇ ਬੜੀ ਢੰਗ ਨਾਲ ਸਾਰੀ CCTV ਨੂੰ ਦੇਖਿਆ। CCTV ਨੂੰ ਦੇਖਣ ਦੇ ਬਾਅਦ ਆਟੋ ਦਾ ਨੰਬਰ ਆ ਗਿਆ, ਫਿਰ ਆਟੋ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ। ਦੇਖੋ, ਕੁੜੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹਦੇ ਵਿੱਚ ਇਹ ਦੱਸਦਾ ਸੀ ਕਿ ਮਤਲਬ ਤਾਂ ਕਿ ਕੁੜੀ ਡਰ ਜਾਏ ਔਰ ਇਹਦੇ ਕਾਬੂ 'ਚ ਰਹੇ, ਤਾਂ ਉਸ ਵਾਸਤੇ ਇਸਨੇ ਕਿਸੇ ਗੈਂਗ ਦਾ ਨਾਂ ਦਿੱਤਾ ਸੀ। ਇੱਕ ਚੱਲਦੇ ਆਟੋ ਦੇ ਵਿੱਚ ਲਾਅ ਦੀ ਵਿਦਿਆਰਥਣ ਦੇ ਨਾਲ ਛੇੜਛਾੜ ਕੀਤੀ ਗਈ ਹੈ। ਹਾਲਾਂਕਿ ਜਦੋਂ ਲੜਕੀ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਤਾਂ ਆਟੋ ਚਾਲਕ ਦੇ ਵੱਲੋਂ ਕਿਹਾ ਗਿਆ ਕਿ ਉਹ ਨਿਹੰਗ ਸਿੰਘ ਗਰੁੱਪ ਦਾ ਬੰਦਾ ਹੈ, ਜਿਸ ਤੋਂ ਬਾਅਦ ਉਸਨੇ ਲੜਕੀ ਦੇ ਨਾਲ ਛੇੜਛਾੜ ਕੀਤੀ। ਡਰ ਦੇ ਮਾਰਿਆਂ ਲੜਕੀ ਨੇ ਆਟੋ ਤੋਂ ਛਾਲ ਮਾਰ ਦਿੱਤੀ, ਜਿਸ ਦੇ ਕਾਰਨ ਲੜਕੀ ਦੇ ਗੰਭੀਰ ਸੱਟਾਂ ਲੱਗੀਆਂ ਨੇ। ਤਾਂ ਦੱਸ ਦਈਏ ਕਿ ਖਬਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਜਾਣਕਾਰੀ ਦਿੰਦੇ ਹੋਏ SPD ਰਾਕੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਇੱਕ ਲਾਅ ਦੀ ਵਿਦਿਆਰਥਣ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ, ਦੱਸਿਆ ਕਿ ਇੱਕ ਆਟੋ ਚਾਲਕ ਨੇ ਉਸ ਕੋਲ ਆ ਕੇ ਆਟੋ ਰੋਕਿਆ, ਜਿਸ ਨੂੰ ਉਸਨੇ ਪੁੱਛਿਆ ਕਿ ਤੁਸੀਂ ਸਰਹੰਦ ਵੱਲ ਜਾਓਗੇ, ਤਾਂ ਆਟੋ ਚਾਲਕ ਨੇ ਕਿਹਾ ਬੈਠ ਜਾਓ, ਜਿਸ 'ਤੇ ਉਹ ਆਟੋ ਵਿੱਚ ਬੈਠ ਗਈ ਅਤੇ ਉਕਤ ਆਟੋ ਚਾਲਕ ਉਸ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ, ਜਿਸ ਤੋਂ ਡਰ ਕੇ ਉਸਨੇ ਆਪਣੇ ਘਰਦਿਆਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਆਟੋ ਚਾਲਕ ਨੇ ਧਮਕੀ ਦਿੱਤੀ ਕਿ ਉਹ ਫਤਿਹ ਸਿੰਘ ਨਿਹੰਗ ਗਰੁੱਪ ਦਾ ਬੰਦਾ ਹੈ, ਜਿਸ ਤੋਂ ਬਾਅਦ ਉਹ ਆਟੋ 'ਚੋਂ ਬਾਹਰ ਡਿੱਗ ਪਈ ਅਤੇ ਉਸਦੇ ਬਾਹਰ ਡਿੱਗਦੇ ਸਾਰ ਹੀ ਉਕਤ ਆਟੋ ਚਾਲਕ ਆਟੋ ਭਜਾ ਕੇ ਫਰਾਰ ਹੋ ਗਿਆ। SPD ਰਾਕੇਸ਼ ਯਾਦਵ ਨੇ ਦੱਸਿਆ ਕਿ ਥਾਣਾ ਸਰਹੰਦ ਦੀ ਪੁਲਿਸ ਨੇ ਆਟੋ ਚਾਲਕ ਨੂੰ ਗ੍ਰਿਫਤਾਰ ਕਰਕੇ
ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੋਲਵਾਲਾ ਜੀ, ਇਹ ਆਟੋ ਬਾਹਰ ਮੋਰਿੰਡੇ ਦਾ ਰਹਿਣ ਵਾਲਾ ਸੀਗਾ, ਹਰਪ੍ਰੀਤ ਸਿੰਘ। ਇਹ ਕੋਈ ਸਵਾਰੀ ਨੂੰ ਲੈ ਕੇ ਇੱਥੇ ਆਇਆ ਸੀ, ਜਦੋਂ ਇਹਦੇ ਵਿੱਚ ਕੁੜੀ ਬੈਠੀ, ਕੁੜੀ ਦੇ ਨਾਲ ਇੱਕ ਮੁੰਡਾ ਤੇ ਬੈਠਾ ਸੀ। ਜਦੋਂ ਤੱਕ ਮੁੰਡਾ ਉੱਠਦਾ ਬੈਠਾ ਰਿਹਾ, ਇਹਦਾ ਕੰਡਕਟ ਠੀਕ ਸੀਗਾ। ਮੁੰਡੇ ਦੇ ਉਤਰਨ ਦੇ ਬਾਅਦ ਇਹਦਾ ਜਿਹੜਾ ਕੰਡਕਟ ਸੀਗਾ, ਉਹ ਮਿਸਬਿਹੇਵ ਕੁੜੀ ਦੇ ਨਾਲ ਇਸਨੇ ਗੱਲਬਾਤ ਕਰਕੇ ਪਹਿਲੇ ਸ਼ੁਰੂ ਕੀਤੀ। ਉਹਦੇ ਬਾਅਦ ਇਹਦੀ ਜਿਹੜੀ ਗੱਲਬਾਤ ਸੀਗੀ, ਉਦੋਂ ਤੇ ਕੁੜੀ ਨੂੰ ਆਈਡੀਆ ਲੱਗਿਆ ਕਿ ਇਹਦੀ ਜਿਹੜੀ ਇੰਟੈਂਸ਼ਨ ਹੈ ਉਹ ਠੀਕ ਨਹੀਂ ਹੈ। ਉਹਨੇ ਆਟੋ ਤੋਂ ਉਤਰ ਕੇ ਜਾਣ ਦੀ ਕੋਸ਼ਿਸ਼ ਕੀਤੀ, ਜਿਸ ਨੇ ਕੁੜੀ ਦੀ ਲੱਤ ਫੜ ਕੇ ਔਰ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਔਰ ਇਹਨੇ ਆਪਣੇ ਆਪ ਨੂੰ ਵੀ ਕੁੜੀ ਨੂੰ ਡਰਾਉਣ ਦੀ ਵੀ ਕੋਸ਼ਿਸ਼ ਕੀਤੀ, ਬਟ ਕਿਸੇ ਤਰ੍ਹਾਂ ਦੀ ਕੁੜੀ ਉੱਥੋਂ ਚਲੀ ਗਈ। ਇਹਦੇ ਬਾਅਦ ਜਦੋਂ ਅਪਡੇਟ ਸਾਡੇ ਕੋਲ ਮਿਲੀ, SHO ਸਾਹਿਬ ਨੇ ਬੜੀ ਢੰਗ ਨਾਲ ਸਾਰੀ CCTV ਨੂੰ ਦੇਖਿਆ। CCTV ਨੂੰ ਦੇਖਣ ਦੇ ਬਾਅਦ ਆਟੋ ਦਾ ਨੰਬਰ ਆ ਗਿਆ, ਫਿਰ ਆਟੋ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ। ਦੇਖੋ, ਕੁੜੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ, ਔਰ ਉਹਦੇ ਵਿੱਚ ਇਹ ਦੱਸਤਾ ਸੀ ਕਿ ਮਤਲਬ ਤਾਂ ਕਿ ਕੁੜੀ ਡਰ ਜਾਏ ਔਰ ਇਹਦੇ ਕਾਬੂ 'ਚ ਰਹੇ, ਤਾਂ ਉਸ ਵਾਸਤੇ ਇਸਨੇ ਕਿਸੇ ਗੈਂਗ ਦਾ ਨਾਂ ਦਿੱਤਾ ਸੀ। ਨਿਯਮ ਗੈਂਗ, ਠੀਕ।